ਗੈਂਗਸਟਰਾਂ ਦੇ ਮੁੱਦੇ ਉੱਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਘੇਰਿਆ। ਗੇਮ ਬਲੇਮ ਇਹ ਹਮਾਮ ਦੇ ਵਿੱਚ ਦੋਨੋਂ ਜਣੇ ਨੰਗੇ ਧੜੰਗ ਹੋਏ ਹੋਏ ਪੀ ਡੀ ਐਸ ਪੀ ਐਸ ਐਚ ਓ ਕੌਣ ਹੈ ਜਿਹੜੇ ਲਟੇਰੇ ਆ ਇਹ ਗੈਂਗਸਟਰ ਦਾ ਨਾਮ ਲੈ ਕੇ ਫਿਰ ਲਾਅ ਐਂਡ ਆਰਡਰ ਦੇ ਉੱਤੇ ਮਿੱਟੀ ਪਾਉਣ ਦਾ ਯਤਨ ਕਰਦੇ। ਪੰਜਾਬ ਵਿਧਾਨ ਸਭਾ ਦਾ ਅੱਜ ਸੈਕਿੰਡ ਲਾਸਟ ਡੇ ਆ ਅਤੇ ਸੈਕਿੰਡ ਲਾਸਟ ਡੇ ਅਕਾਲੀ ਦਲ ਨੇ ਪ੍ਰਦਰਸ਼ਨ ਕੀਤਾ ਲਾਅ ਐਂਡ ਆਰਡਰ ਦੇ ਮੁੱਦੇ 'ਤੇ ਅਤੇ ਨਾਲ ਹੀ ਨਾਲ ਆਮ ਆਦਮੀ ਪਾਰਟੀ ਨੇ ਵੀ ਪ੍ਰਦਰਸ਼ਨ ਕੀਤਾ ਕਿ ਪੰਜਾਬ ਦੇ ਵਿੱਚ ਜੋ ਵਾਅਦੇ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਅਤੇ ਕਈ ਮੁੱਦਿਆਂ 'ਤੇ ਅੱਜ ਕੈਪਟਨ ਸਰਕਾਰ ਨੂੰ ਓਪੋਜੀਸ਼ਨ ਪਾਰਟੀਆਂ ਘੇਰ ਰਹੀਆਂ ਨੇ। ਹਾਲਾਂਕਿ ਲੋਕ ਇਨਸਾਫ ਪਾਰਟੀ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਲਗਾਤਾਰ ਜੋ ਕਾਂਗਰਸ ਸਰਕਾਰ ਨੂੰ ਘੇਰ ਰਹੇ ਨੇ ਕਈ ਮੁੱਦਿਆਂ 'ਤੇ ਉਹਨਾਂ ਨੇ ਆਵਾਜ਼ ਚੱਕੀ ਹੈ, ਚਾਹੇ ਉਹ ਪਾਣੀਆਂ ਦੀ ਗੱਲ ਹੋਵੇ। ਸਾਡੇ ਨਾਲ ਇੱਥੇ ਸਿਮਰਜੀਤ ਸਿੰਘ ਬੈਂਸ ਨੇ, ਬੈਂਸ ਸਾਹਿਬ ਅੱਜ ਇਸ ਮੁੱਦੇ ਦੇ ਉੱਤੇ ਗੈਂਗਸਟਰਾਂ ਦੇ ਮੁੱਦੇ ਉੱਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਘੇਰਿਆ ਕਿਵੇਂ ਦੇਖ ਗਲੇ ਗੇਮ ਬਲੇਮ ਇਹ ਹਮਾਮ ਦੇ ਵਿੱਚ ਦੋਨੋਂ ਜਣੇ ਨੰਗੇ ਧੜੰਗ ਹੋਏ ਹੋਏ ਨੇ। ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦੇ। ਇਹ ਦਸਾਂ ਸਾਲਾਂ ਦੇ ਰਾਜ ਦੇ ਵਿੱਚ ਇੱਕ ਥਾਣੇਦਾਰ ਆਪਣੀ ਧੀ ਨੂੰ ਬਚਾਉਂਦਿਆਂ ਕਤਲ ਹੋ ਗਿਆ ਸੀ ਅੰਮ੍ਰਿਤਸਰ ਦੇ ਵਿੱਚ। ਇਹ ਉਹੀ ਮਜੀਠੀਆ ਕੰਪਨੀ ਆ ਜਿਹੜੀ ਅੱਜ ਬਗਲੇ ਭਗਤ ਬਣ ਨੂੰ ਫਿਰਦੇ ਆ। 10 ਸਾਲਾਂ ਦੇ ਰਾਜ ਦੇ ਵਿੱਚ ਲਾਅ ਐਂਡ ਆਰਡਰ ਦਾ ਜਨਾਜ਼ਾ ਅਤੇ 3 ਸਾਲਾਂ ਦੇ ਸਮੇਂ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਹੋਮ ਮਿਨਿਸਟਰੀ ਆ। ਅਸੀਂ ਇਹ ਨਹੀਂ ਕਹਿੰਦੇ ਵੀ ਹੋਮ ਮਿਨਿਸਟਰੀ ਕਿਸੇ ਸਬਾਰਡੀਨੇਟ ਨੂੰ ਦੇ ਦਿਓ, ਜਿਹਦੇ ਕੋਲ ਟਾਈਮ ਹੋਵੇ, ਜਿਹੜੇ ਓਨੈਸਟ ਪੁਲਿਸ ਅਫੀਸਰ ਆ ਉਹ ਖੁੱਡੇ ਲੈਣ ਆਪਣੀ ਇਮਾਨਦਾਰੀ ਕਾਰਨ। ਉਹਨਾਂ ਨੂੰ ਪਬਲਿਕ ਡੀਲਿੰਗਾਂ 'ਤੇ ਲੈ ਕੇ ਆਓ ਤਾਂ ਜੋ ਲਾਅ ਐਂਡ ਆਰਡਰ ਮੇਨਟੇਨ। ਅੱਜ ਪਬਲਿਕ ਡੀਲਿੰਗਾਂ 'ਤੇ ਕੌਣ ਹੈਗੇ ਆ? ਡਿਸਟ੍ਰਿਕਟ ਹੈੱਡ ਕੌਣ ਆ? ਐੱਸ ਪੀ ਡੀ ਐੱਸ ਪੀ ਐੱਸ ਐੱਚ ਓ ਕੌਣ ਆ? ਜਿਹੜੇ ਲਟੇਰੇ ਆ, ਜਿਹੜੇ ਮਹਿੰਗੀਆਂ ਡਿਸਪਿਊਟਡ ਪ੍ਰਾਪਰਟੀਆਂ ਦੇ ਵਿੱਚ ਮੂੰਹ ਦੇ ਪਾਣੀ ਭਰ ਭਰ ਕੇ ਲੁੱਟ ਰਹੇ ਆ, ਜਿਹੜੇ ਚਿੱਟਾ ਵੇਚਣ ਵਾਲੇ ਲੋਕ ਉਹ ਐੱਸ ਐੱਚ ਓ ਲਾਏ ਹੋਏ ਆ। ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੀ ਏਜੰਸੀ ਤਾਂ ਜਿਹੜੇ ਲੁਟੇਰਾ ਲੋਕ ਸੀ ਉਹ ਮੂਹਰੇ ਲਾ ਅਤੇ ਜਿਹੜੇ ਓਨੈਸਟ ਲੋਕ ਆ ਉਹ ਖੁੱਡੇ ਲੈਣ ਆ। ਮੈਂ ਇਹੀ ਕੱਲ੍ਹ ਡਿਮਾਂਡ ਕੀਤੀ ਸੀ ਵੀ ਸੀ ਐੱਮ ਸਾਹਿਬ ਤੁਸੀਂ ਹੋਮ ਮਿਨਿਸਟਰੀ ਛੱਡ ਕੇ ਆਪਣੇ ਕਿਸੇ ਸਬਾਰਡੀਨੇਟ ਨੂੰ ਦੇ ਦਿਓ, ਐਟਲੀਸਟ ਸਾਡੀਆਂ ਧੀਆਂ ਮਾਵਾਂ ਭੈਣਾਂ ਬਾਜ਼ਾਰਾਂ ਦੇ ਵਿੱਚ ਬੇਖੌਫ ਹੋ ਕੇ ਤਾਂ ਜਾ ਸਕਣ। ਐਸਾ ਪਾਵਰਫੁੱਲ ਸੈਂਡ ਰੇਤਾ ਚੋਰ ਮਾਫੀਆ ਦਿਨ ਦਿਹਾੜੇ ਕਤਲ ਕਰਦਾ ਜਾ ਰਿਹਾ, ਇਹ ਹਾਲਾਤ ਜਿਹੜੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ। ਸੋ ਇਸ ਕਰਕੇ ਉਹਨਾਂ ਨੂੰ ਗ੍ਰਹਿ ਬਾਜ਼ਾਰ ਛੱਡਣ ਦੀ ਅਪੀਲ, ਬੇਨਤੀ ਅਤੇ ਸੁਜੈਸ਼ਨ ਕੀਤੀ। ਬੈਂਸ ਸਾਹਿਬ ਕੱਲ੍ਹ ਵੀ ਕਿਹਾ ਜਾ ਰਿਹਾ ਕਿ ਪਵਿੱਤਰ ਗੈਂਗ ਦੇ ਮੈਂਬਰ ਫੜੇ ਗਏ ਨੇ, ਹੋਰ ਵੀ ਕਹਿੰਦੇ ਗੈਂਗਸਟਰ ਅਸੀਂ ਲਗਾਤਾਰ ਖਤਮ ਕਰ ਰਹੇ ਨੇ, ਕਈਆਂ ਦੇ ਇਨਕਾਊਂਟਰ ਹੋ ਗਏ, ਦਾਵਾ ਕੀਤਾ ਇਹ ਗੈਂਗਸਟਰ ਦਾ ਨਾਮ ਲੈ ਕੇ ਫਿਰ ਲਾਅ ਐਂਡ ਆਰਡਰ ਦੇ ਉੱਤੇ ਮਿੱਟੀ ਪਾਉਣ ਦਾ ਯਤਨ ਕਰਦੇ ਆ, ਹੋਰ ਕੁਛ ਨਹੀਂ ਹੈਗਾ, ਨਥਿੰਗ। ਲਾਅ ਐਂਡ ਆਰਡਰ ਫੇਲੀਅਰ ਡੀ ਜੀ ਪੀ ਦਿਨਕਰ ਗੁਪਤਾ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਕਹਿੰਦਾ ਵੀ ਕਰਤਾਰਪੁਰ ਸਾਹਿਬ ਜਿਹੜੀ ਸੰਗਤ ਜਾਂਦੀ ਹੈ ਅਤੇ ਅੱਤਵਾਦੀ ਬਣ ਕੇ ਆਉਂਦੀ ਹੈ, ਕਹੀ ਹੈ ਨਾ ਉਹਨੇ ਗੱਲ। ਉਹਨੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇੱਕ ਸਾਜਿਸ਼ਬੱਧ ਤਰੀਕੇ ਦੇ ਨਾਲ ਪਿੱਛੋਂ ਬਣ ਕੇ ਆਈ ਜਿਹੜੀ ਸਟੇਟਮੈਂਟ ਸੀ ਜਿਹਨੂੰ ਮੁੱਖ ਮੰਤਰੀ ਸਾਹਿਬ ਨੇ ਕਵਰ ਅਪ ਕੀਤਾ, ਇਹ ਇੱਦਾਂ ਦੇ ਬਾਹੂਦਾ ਬਿਆਨ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਗਾ ਵੀ ਤੁਸੀਂ ਲਾਅ ਐਂਡ ਆਰਡਰ ਕਿੰਨਾ ਕੁ ਮੇਨਟੇਨ ਕੀਤਾ, ਕਿੰਨਾ ਕੁ ਤੁਸੀਂ ਚਿੱਟੇ 'ਤੇ ਕਾਬੂ ਪਾ ਲਿਆ, ਕਿੰਨਾ ਕੁ ਤੁਸੀਂ ਕ੍ਰਾਈਮ 'ਤੇ ਕੰਟਰੋਲ ਕੀਤਾ। ਇੱਥੋਂ ਤੱਕ ਪੁਲਿਸ ਕਸਟਡੀ ਦੇ ਵਿੱਚ ਜਿਹੜੇ ਦੋਸ਼ੀ ਨੂੰ ਜੁਡੀਸ਼ੀਅਲ ਹੋ ਗਿਆ ਉਹਨੂੰ ਜੇਲ੍ਹ ਨਹੀਂ ਪੁਲਿਸ ਛੱਡ ਕੇ ਆਉਂਦੀ, ਪੁਲਿਸ ਕਾਨੂੰਨ ਇਸ ਤਰੀਕੇ ਛਿੱਕੇ ਟੰਗ ਰਹੀ ਆ। 2 ਦਿਨ ਆਪਣੀ ਕਸਟਡੀ ਦੇ ਵਿੱਚ ਕੁੱਟਮਾਰ ਅਤੇ 26 ਸਾਲਾਂ ਦਾ ਮੁੰਡਾ ਕਤਲ ਕਰਦੀ ਆ ਪੁਲਿਸ, ਇਹ ਲਾਅ ਐਂਡ ਆਰਡਰ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ। ਧੰਨਵਾਦ। ਤਾਂ ਇਹ ਨੇ ਸਿਮਰਜੀਤ ਸਿੰਘ ਬੈਂਸ ਜੋ ਕਿ ਸਿੱਧੇ ਤੌਰ 'ਤੇ ਪੰਜਾਬ ਦੇ ਲਾਅ ਐਂਡ ਆਰਡਰ 'ਤੇ ਸਵਾਲ ਖੜ੍ਹੇ ਕਰਦੇ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਵਾਰਦਾਤਾਂ ਨੂੰ ਵੀ ਗਿਣਾਇਆ ਅਤੇ ਨਾਲ ਹੀ ਨਾਲ ਕੈਪਟਨ ਸਰਕਾਰ ਨੂੰ ਵੀ ਉਹਨਾਂ ਨੇ ਸਿੱਧੇ ਹੱਥ ਲਿਆ। ਕੈਮਰਾਮੈਨ ਉਮਾ ਯਾਦਵ ਅਤੇ ਅਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdhan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।